ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਅਣਪਛਾਤੇ ਵਿਅਕਤੀਆਂ ਵੱਲੋਂ ਲੜਕੇ ਦੇ ਕੇਸ ਕੱਟਣ ਵਾਲੀ ਅਫਵਾਹ ਨਿਕਲੀ ਝੂਠੀ। ਲੜਕੇ ਵੱਲੋਂ ਖੁਦ ਹੀ ਵਾਲ ਕੱਟ ਕੇ ਕੀਤਾ ਗਿਆ ਸੀ ਇਹ ਡਰਾਮਾ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪੂਰੇ ਭਾਰਤ ਅੰਦਰ ਬੱਚੇ ਚੁੱਕਣ ਦੀਆਂ ਅਫਵਾਹਾਂ ਨੇ ਲੋਕਾਂ ਦੇ ਦਿਲਾਂ ਅੰਦਰ ਖੌਫ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਕਸਬਾ ਖਾਲੜਾ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਨੇ ਆਪਣੇ ਸਿਰ ਦੇ ਕੇਸ ਖੁਦ ਕੱਟ ਕੇ ਇਹ ਅਫਵਾਹ ਫੈਲਾ ਦਿੱਤੀ ਕਿ ਮੇਰੇ 3 ਨਕਾਬਪੋਸ਼ ਵਿਅਕਤੀਆਂ ਨੇ ਮੱਝਾਂ ਚਾਰਦੇ ਸਮੇਂ ਹਮਲਾ ਕਰਕੇ ਮੇਰੇ ਕੇਸ ਕੱਟ ਕੇ ਆਪਣੇ ਨਾਲ ਹੀ ਲੈ ਗਏ। ਜਦੋਂ ਇਸ ਘਟਨਾ ਬਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਇਲਾਕੇ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਹੋ ਗਿਆ। ਲੇਕਿਨ ਜਦੋਂ ਇਸ ਸੰਬੰਧੀ ਪ੍ਰੈਸ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਪੁੱਜੇ ਪੱਤਰਕਾਰਾਂ ਦੀ ਟੀਮ ਨੇ ਲੜਕੇ ਤੋਂ ਇਸ ਘਟਨਾ ਦੀ ਜਾਣਕਾਰੀ ਲਈ ਤਾਂ ਲੜਕੇ ਗੁਰਪ੍ਰੀਤ ਸਿੰਘ ਨੇ ਇਹ ਮੰਨਿਆ ਕਿ ਇਹ ਕੇਸ ਉਸਨੇ ਖੁਦ ਕੱਟੇ ਹਨ, ਕਿਉਂਕਿ ਉਸਦਾ ਪਰਿਵਾਰ ਅੰਮ੍ਰਿਤਧਾਰੀ ਹੋਣ ਕਾਰਨ ਮਾਤਾ ਪਿਤਾ ਉਸਦੇ ਵਾਲ ਨਹੀਂ ਕਟਵਾਉਣ ਦਿੰਦੇ ਸਨ, ਜਿਸ ਕਾਰਨ ਗੁਰਪ੍ਰੀਤ ਨੇ ਇਹ ਖੇਡ ਰਚੀ। ਉੱਧਰ ਮੌਕੇ 'ਤੇ ਪੁੱਜੇ ਸਤਿਕਾਰ ਕਮੇਟੀ ਭਿੱਖੀਵਿੰਡ ਦੇ ਮੁਖੀ ਭਾਈ ਰਣਜੀਤ ਸਿੰਘ ਉਦੋਕੇ ਨੇ ਦੱਸਿਆ ਕਿ ਇਸ ਘਟਨਾ ਨਾਲ ਪੂਰੇ ਸਿੱਖ ਜਗਤ ਦੇ ਮਨਾਂ 'ਤੇ ਡੂੰਘੀ ਸੱਟ ਵੱਜੀ ਹੈ ਅਤੇ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ। ਭਾਈ ਰਣਜੀਤ ਸਿੰਘ ਉਦੋਕੇ ਨੇ ਲੜਕੇ ਗੁਰਪ੍ਰੀਤ ਸਿੰਘ ਨੂੰ ਨਿਮਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜਾਣੂ ਕਰਵਾਇਆ ਤਾਂ ਲੜਕੇ ਗੁਰਪ੍ਰੀਤ ਸਿੰਘ ਨੇ ਇਸ ਗਲਤੀ ਦੀ ਖਿਮਾ ਮੰਗੀ ਅਤੇ ਦੁਬਾਰਾ ਤੋਂ ਕੇਸ ਰੱਖਣ ਦਾ ਪ੍ਰਣ ਲਿਆ। ਉੱਥੇ ਹੀ ਭਾਈ ਰਣਜੀਤ ਸਿੰਘ ਉਦੋਕੇ ਵੱਲੋਂ ਗੁਰਪ੍ਰੀਤ ਸਿੰਘ ਨੂੰ 40 ਦਿਨਾਂ ਦਾ ਨਿਤਨੇਮ ਦੀ ਸੇਵਾ ਲਗਾਈ ਗਈ। ਕਿਹਦਾ ਨਿਤਨੇਮ ਬਣੇਗਾ ਜੀ? ਅੱਜ ਤੋਂ ਸਿੱਖੀ ਫਿਰ ਗੁਰੂ ਸਾਹਿਬ ਦੇ ਵਾਪਸ ਆਉਣਾ ਹਾਜ਼ਰੀ ਚ, ਹੈਨਾ? ਪਰ ਜਨ 40 ਦਿਨ ਕਰੇਗਾ ਨਿਤਨੇਮ? ਵੇਖ ਲਾ ਸਾਡੇ ਸਾਰੇ ਪੱਤਰਕਾਰ ਸੁਣਦੇ, ਇਹਦੇ ਵਿੱਚੋਂ ਝੂਠਾ ਨਹੀਂ ਉਹ ਭੈਣ ਦਿਨਾ ਇੱਕ ਵੀ ਸਿੱਖੀ ਨਾ ਕਰੇਗਾ ਨਾ ਪਿਆਰ ਅੱਗੇ ਤੋਂ ਵੱਧ ਕੇ ਕਰੇਗਾ ਨਾ, ਜਿਹੜਾ ਸਿਰ ਪੀੜਦਾ ਇੱਕ ਬਹਾਨਾ ਨਾ ਤੇਰਾ। ਖਾ ਖੋਲ ਕੇ ਬਾਬੇ ਬਾਬੇ ਵੇਖੋ ਆ ਪਹਿਲੋ ਵੇਖੋ ਜਿਹੜੇ ਬਚਪਨ 'ਚ ਨੇ ਹੈ, ਬਚਪਨ ਤੋਂ ਇਹਦੇ ਕੇਸ ਆ, ਲੇਕਿਨ ਇੰਨੇ ਕੇਸਾਂ ਦੀ ਬੇਅਦਬੀ ਕੀਤੀ ਆ, ਹੈ ਇੱਕ ਗਲਤ ਸੰਗਤ ਦੇ ਲਾਕੇ ਮਗਰ ਅਤੇ ਸਾਰਾ ਇੰਨੇ ਆਪਣੇ ਜਿਹੜਾ ਅੱਜ ਇੱਕ ਇਹ ਬੱਚਿਆਂ ਦੀ ਸਿੱਖੀ ਜਿਹੜੀ ਆ ਉਹ ਜੇ ਹਿਸਾਬ ਲਾਈਏ ਜਿਹੜੀ ਹੁਣ ਕੱਲ੍ਹ ਦੀ ਘਟਨਾ ਵਾ, ਕੱਲ੍ਹ ਦਾ ਜੋ ਇਹਨੇ ਬਣਾਇਆ ਆਪਣਾ ਇਹਨੇ ਨਾਟਕ ਖੇਡਿਆ ਹੈ ਉਹਦੇ ਵਿੱਚ ਸਿੱਖਾਂ ਨੂੰ ਸਿੱਖੀ ਨੂੰ ਕੀ ਸਾਰੇ ਸਿੱਖ ਪੰਥ ਨੂੰ ਢਾਹ ਲੱਗਦੀ ਹੈ, ਇੱਕ ਬੜੇ ਗਲਤ ਮੈਸੇਜ ਜਾਂਦਾ ਜੇ ਕੱਲ੍ਹ ਇਹ ਨਾ ਹੀ ਸਿੱਧਾ ਹੀ ਆਪਣੇ ਪਰਿਵਾਰ ਨਾਲ ਕਹਿ ਦਿੰਦਾ ਕਿ ਮੈਂ ਕੇਸ ਨਹੀਂ ਰੱਖਣੇ ਚਾਹੇ ਕੋਈ ਵੀ ਆ, ਪਰ ਇਹਨੂੰ ਆਹ ਚਾਲ ਨਹੀਂ ਖੇਡਣੀ ਚਾਹੀਦੀ ਜਿਹੜੀ ਇੰਨੇ ਖੇਡੀ, ਕਿਉਂ ਅਜੇ 3+1 'ਚ ਪੜ੍ਹਦਾ ਵੀ ਆ, ਇਹਨੂੰ ਸਾਰੀ ਪਤਾ ਵੀ ਆ, ਸਾਰਾ ਸੂਝ ਬੂਝ ਵੀ ਆ। ਬਾਬਾ ਜੀ ਆਪਾਂ ਦੇਖਦੇ ਹਾਂ ਵੀ ਅਕਸਰ ਹੀ ਨਾ ਸਮਾਜ ਦੇ ਵਿੱਚ ਇਹੋ ਜਿਹੜੇ ਚਾਂਸ ਆ ਉਹ ਹੁੰਦੇ ਰਹਿੰਦੇ ਆ, ਜਿਹੜਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੀ ਕੀਤੇ ਜਾਂਦੇ ਆ ਤੇ ਕੁਝ ਜਿਹੜੇ ਆ ਬੱਚਿਆਂ ਵੱਲੋਂ ਇਹ ਇੱਕ ਆਪਾਂ ਦੇਖਦੇ ਹਾਂ ਵੀ ਸਿੱਖੀ ਪ੍ਰਤੀ ਜਿਹੜਾ ਪਿਆਰ ਨਹੀਂ ਦੇਖਿਆ ਜਾ ਰਿਹਾ, ਉਹ ਕੀ ਮਸਲਾ ਤੇ ਉਹਦੇ ਸੰਬੰਧ ਦੇ ਵਿੱਚ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ?
ਵਾਹਿਗੁਰੂ ਜੀ, ਮੈਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਮੈਸੇਜ ਖਾਲਸਾ ਜੀ ਇੱਕ ਹੀ ਹੈ ਕਿ ਜਿਹੜੇ ਸਾਡੇ ਸਿੱਖ ਪਰਿਵਾਰ ਆ, ਵੇਖਣ ਨੂੰ ਕੁਝ ਸਿੱਖ ਪਰਿਵਾਰ ਲੱਗ ਰਿਹਾ, ਪਰ ਉਹਨਾਂ ਘਰ ਨਾ ਤਾਂ ਗੁਰਬਾਣੀ ਦਾ ਨਾ ਕੋਈ ਹੈਗੀ ਆ, ਨਿਤਨੇਮ ਬਿਲਕੁਲ ਉੱਡ ਚੁੱਕਾ ਹੈ। ਉਹ ਕਈ ਇਹੋ ਜਿਹੇ ਵੀ ਪਰਿਵਾਰ ਸਿੱਖ ਆ ਜਿਹੜੇ ਕਬਰਾਂ ਮੜੀਆਂ 'ਤੇ ਜਾ ਕੇ ਵੀ ਜਾਂਦੇ ਆ, ਅਤੇ ਉਹਨਾਂ ਦੇ ਘਰ ਜਦੋਂ ਮੈਨੂੰ ਇਹੋ ਹੀ ਹੈ ਵੀ ਜਦੋਂ ਉਹ ਉਹਨਾਂ ਦੇ ਘਰ ਸਿੱਖੀ ਕਿਸ ਤਰ੍ਹਾਂ ਵਾਪਸ ਆ ਸਕਦੀ ਆ, ਜਦੋਂ ਨਿਤਨੇਮ ਨਹੀਂ ਚੱਲ ਰਿਹਾ। ਜਦੋਂ ਆਪਾਂ ਨਿਤਨੇਮ ਤੋਂ ਵਾਂਝੇ ਹਾਂ, ਅਤੇ ਜਦੋਂ ਅਸੀਂ ਜਦੋਂ ਸਾਨੂੰ ਕੋਈ ਪਤਾ ਹੀ ਨਹੀਂ, ਜਦੋਂ ਸਾਨੂੰ ਸਿੱਖੀ ਦੇ ਸਿਧਾਂਤ ਨਹੀਂ ਦਿੱਤੇ ਦੱਸੇ ਜਾਂ ਪਤਾ, ਅਤੇ ਸਹੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਸਿੱਖ ਆ ਵਾਂਝੇ ਹੋਣਾ ਹੀ ਹੋਣਾ। ਇਹਨਾਂ ਬੱਚਿਆਂ ਨੂੰ ਜੇ ਇਹਨਾਂ ਘਰ ਪੂਰੇ ਰਾਤ ਦਿਨ ਅਤੇ ਪਰਿਵਾਰ ਹੁੰਦਾ, ਸਿੱਖੀ ਗਿਆਨ ਹੁੰਦਾ, ਇਹ ਨਿਤਨੇਮ ਕਰਦੇ, ਕਦੀ ਵੀ ਬੱਚਾ ਇਹੋ ਜਿਹੀ ਗੱਲ 'ਚ ਨਹੀਂ। ਹੁਣ ਬਾਬਾ ਜੀ, ਇਹਨੇ ਗਲਤੀ ਤਾਂ ਚਲੋ ਕਰ ਲਈ ਆ, ਇਹ ਆਪਾਂ ਇਹਨੂੰ 17 ਸਾਲ ਉਮਰ ਆ, ਕੋਈ ਨਿਆਣੀ ਉਮਰ ਨਹੀਂ ਕਹਿ ਸਕਦੇ। ਹੁਣ ਇਹਨੂੰ ਤੁਸੀਂ ਕੀ ਜਿਹੜਾ ਉਹ ਪਨਿਸ਼ਮੈਂਟ ਜਿਹੜੀ ਆਪਾਂ ਕਹਿ ਸਕਦੇ ਹੋ ਕੀ ਦੇਣਾ ਚਾਹੋਗੇ? ਮੇਰੀ ਇਹੋ ਇਹਨੂੰ ਬੇਨਤੀ ਆ, ਇੱਕ ਮੇਰੇ ਅਤੇ ਮੈਂ ਸਾਰੇ ਸਿੱਖ ਬੇਨਤੀ ਨੂੰ ਬੇਨਤੀ ਕਰਦਾ ਕਿ ਜਿਹੜੀ ਇਹਦੀ ਇਹਨੇ ਨਾਟਕ ਖੇਡਿਆ ਉੱਤੋਂ, ਹੁਣ ਇੱਕੋ ਹੀ ਸੁਝਾਅ ਹੈ ਸਿੱਖੀ ਪ੍ਰਤੀ ਕਿ ਇਹ 40 ਦਿਨ 'ਚ ਲਗਾਤਾਰ ਗੁਰਬਾਣੀ ਕਰੇ, ਨਿਤਨੇਮ ਕਰੇ, ਇਹਨੂੰ ਗੁਰੂ ਦੇ ਨਾਲ ਆਪਣੇ ਨਾਲ ਪਤਾ ਲੱਗੇ, ਇਹਨੂੰ ਗੁਰੂ ਨਾਲ ਪਿਆਰ ਪਵੇ, ਫਿਰ ਇਹਨੂੰ ਅੰਮ੍ਰਿਤ ਛਕਣ ਦੀ ਇਹ ਪਰਿਵਾਰ ਵੱਲੋਂ ਚਾਹੇ ਸਿੱਖ ਪੰਥ ਵੱਲੋਂ ਵੀ ਬੇਨਤੀ ਆ ਕਿ ਫਿਰ ਇਹਨੂੰ ਅੰਮ੍ਰਿਤ ਛਕਾਇਆ ਜਾਵੇ, ਨਾ ਕਿ ਇਹਨੂੰ ਕਿਹਾ ਜਾਵੇ ਵੀ ਇਹ ਡਰਦਾ ਹੁਣ ਕਹੇ ਕਿ ਮੈਂ ਅੰਮ੍ਰਿਤ ਛਕ ਲੈਣਾ, ਮੈਂ ਭਲਕੇ ਹੀ ਛਕ ਲੈਣਾ। ਇਸ ਤਰੀਕੇ ਅੰਮ੍ਰਿਤ ਨਹੀਂ ਛਕਿਆ ਜਾਊਗਾ, ਇਹ 40 ਦਿਨ ਗੁਰਬਾਣੀ ਨਿਤਨੇਮ ਕਰੇ, ਫਿਰ ਜਾ ਕੇ ਇਹਦਾ ਜਾ ਕੇ ਗੁਰੂ ਅੰਦਰ ਨਿਰੰਕਾਰ ਵਸੇ, ਤਾਂ ਫਿਰ ਇਹ ਅੰਮ੍ਰਿਤ ਪਾਨ ਕਰੇ। ਠੀਕ ਹੈ ਬਾਬਾ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਇਹ ਜੀ 2-3 ਦਿਨ ਪਹਿਲਾਂ ਇਹ ਗੱਲ ਆਉਂਦਾ ਰਿਹਾ ਵੀ ਮੇਰਾ ਸਿਰ ਪੀੜ ਹੁੰਦਾ ਜੀ, ਅਤੇ ਇਹ ਗੱਲ ਵੀ ਕਹਿੰਦਾ ਵੀ ਮੇਰੇ ਸਿਰ 'ਚ ਪਿੰਸੀਆਂ, ਫਿਰ ਮੈਂ ਮੇਰੀ ਵਾਹ ਖੋਜੀ ਅਤੇ ਜਾ ਮੈਂ ਇਹਨੂੰ ਆਖਿਆ ਮੈਂ ਤੇਰੇ ਫਿਰ ਜੇ ਤੇਰੇ ਫਿਰ ਸਿਰ 'ਚ ਅਤੇ ਪਿੰਸੀਆਂ ਤਾਂ ਆਪਾਂ ਕਿਸੇ ਡਾਕਟਰ ਨੂੰ ਵਿਖਾਈਏ, ਅਤੇ ਇਹ ਕਹਿੰਦਾ ਮੈਂ ਸਟੋਰਾ ਮੁੰਡੇ ਨੂੰ ਮੈਂ ਸਲਾਹ ਲਊਂਗਾ ਉਹਦੀ, ਅਤੇ ਇਹ ਪਤਾ ਨਹੀਂ ਗਿਆ ਕਿ ਨਹੀਂ ਗਿਆ। ਮੁੜ ਕੇ ਫਿਰ ਮੈਂ ਇੱਕ ਡਾਕਟਰ ਹਾਰ ਕੇ ਮਹਾ ਉਹਦੀ ਸਲਾਹ ਲਈਏ ਅਤੇ ਆਪਾਂ ਜੇ ਫਿੰਸੀਆ ਦਾ ਨੁਕਸ ਜ਼ਿਆਦਾ ਨਾ ਹੋ ਜਾਵੇ, ਇਸ ਕਰਕੇ ਆਪਾਂ ਕਿਸੇ ਡਾਕਟਰ ਦੀ ਸਲਾਹ ਲਈਏ। ਅਤੇ ਇਹ ਨਾ ਮੈਂ ਗਿਆ ਅਤੇ ਨਾ ਇਹ ਗਿਆ, ਅਤੇ ਇਹ ਕੱਲ੍ਹ ਸਿਰ ਨਾ ਹੋਣ ਲੱਗਾ, ਸਿਰ ਨਾ ਹੋਣ ਲੱਗਿਆ ਮੈਨੂੰ ਇਹ ਕਿ ਅਗਰ ਕਈ ਵੀ ਲਿਆ ਮੈਨੂੰ ਵੀ ਵਿਖਾ ਪਰ ਕਿੰਨੀਆਂ ਕੁ ਫਿੰਸੀਆਂ ਤੇਰੇ ਸਿਰ ਦੇ ਵਿੱਚ, ਅਤੇ ਜਦੋਂ ਮੈਂ ਸਿਰ ਦੇ ਵਿੱਚ ਖੋਲ੍ਹ ਕੇ ਵੇਖਿਆ ਤਾਂ ਕੋਈ ਫਿੰਸੀ ਨਹੀਂ ਨਿਕਲੀ। ਇਹ ਨਹਾਉਣ ਤੋਂ ਕੰਨੀ ਕਤਰਾਉਂਦਾ ਰਿਹਾ ਕਈ ਕਿੰਨੇ ਦਿਨ, ਕਈ 3-4 ਦਿਨ ਪਹਿਲਾਂ ਵੀ ਨਹਾਉਣ ਤੋਂ ਕੰਨੀ ਕਤਰਾਉਂਦਾ ਰਿਹਾ ਵੀ ਮੈਂ ਅੱਜ ਨਹਾਉਣਾ, ਭਾ ਕੇ ਨਹਾਉਣਾ ਅਤੇ ਨਾਤਾ ਨਹੀਂ ਗਿਆ ਅਤੇ ਕੱਲ੍ਹ ਨਹਾਉਣ ਲੱਗਿਆ, ਫਿਰ ਇਹਨੇ ਜਦੋਂ ਮੈਂ ਵੇਖਿਆ ਤਾਂ ਕੋਈ ਫਿੰਸੀ ਨਹੀਂ ਨਿਕਲੀ। ਨਹੀਂ ਹੁਣ ਜਿਹੜੇ ਅੰਕਲ ਜੀ ਆ ਜਿਹੜੇ ਵਾਲ ਕੱਟ ਕੇ ਇੰਨਾ ਗਲਤ ਵਾੜਾ ਡਾਇਆ ਹੈ, ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੁਝ ਹੋਰ ਜਾਣੇ ਵੀ ਹੋਣਗੇ? ਇਹ ਲੱਗਦਾ ਕਿ ਜਿਵੇਂ ਬਾਹਰੋਂ ਕੁ ਥੋੜ੍ਹਾ ਜਿਹਾ ਸੁਣਨ 'ਚ ਗੱਲਾਂ ਆਉਂਦੀਆਂ ਵੀ ਕਿਸੇ ਦੀ ਸਲਾਹ ਹੋਊਗੀ, ਬਾਹਰੋਂ ਪਤਾ ਲੱਗਦਾ ਵੀ ਇਹਨੂੰ ਕਹਿੰਦੇ ਬਾਹਰ ਦੇ ਲੋਕ ਇਹ ਗੱਲਾਂ ਦੇ, ਅਤੇ 3-4 ਦਿਨ ਹੋ ਗਿਆ ਵੀ ਇਹ ਗੱਲ ਆਖਣ ਡਿਆ ਵੀ ਮੈਂ ਵਾਲ ਕਟਾ ਦੇਣੇ, ਇਹ ਚਾਰ ਪੰਜ ਵਾਰੀ ਇਹਨੇ 4-5 ਦਿਨ ਤੋਂ ਇਹ ਗੱਲ ਕਹਿਣ ਡਿਆ ਵੀ ਮੈਂ ਆਪਦੇ ਵਾਲ ਕਟਾ ਦੇਣੇ। ਬਾਹਰਲੇ ਲੋਕਾਂ ਨੂੰ ਪਤਾ, ਇਹ ਸਾਨੂੰ ਨਹੀਂ ਪਤਾ ਵੀ ਇਹਨੇ ਕਟਾ ਦੇਣੇ। ਫਿਰ ਤੁਸੀਂ ਵਾਲ ਕੱਟੇ ਆ, ਸਾਰਾ ਕੀ ਮਸਲਾ ਹੈ ਅਤੇ ਕਿਸ ਕਾਰਨ ਜਿਹੜੇ ਆ ਤੁਸੀਂ ਜਿਹੜੀ ਆ ਸਿੱਖੀ ਹੈ ਕੱਢੀ ਆ? ਇਹ ਤੁਸੀਂ ਆਪ ਕੱਟੀ ਆ ਜਾਂ ਕਿਸੇ ਨੇ ਕੱਢੀ ਆ? ਆਪ। ਅਤੇ ਕਿੱਦਾਂ ਇਹ ਜਹਿਨ 'ਚ ਆਇਆ ਵੀ ਇੱਦਾਂ ਕੱਟ ਕੇ ਮੈਂ ਇਹ ਅਫਵਾਹ ਜੀ ਫੈਲਾਵਾਂ, ਝੂਠ
ਮਤਲਬ ਕਿ ਬੋਲ ਕੇ ਜਿਹੜੀ ਅਸੀਂ ਸਿੱਧੀ ਕੱਢੀ ਨੂੰ ਕਿੱਦਾਂ ਤੇਰੇ ਜਹਿਨ ਚ ਆਇਆ? ਵੈਸੇ ਮਨ 'ਚ ਹੀ ਆਇਆ, ਡਰਦੇ ਘਰਦਿਆਂ ਡਰਦੇ। ਅਤੇ ਘਰਦੇ ਸਿੱਖੀ ਕੱਢਣ ਤੋਂ ਰੋਕਦੇ ਸੀ ਤਾਂ ਤੂੰ ਕੱਢੀ ਆਏ? ਹਾਂਜੀ ਰੋਕਦੇ। ਅਤੇ ਥਾਣੇ ਕਿਸ ਤਰ੍ਹਾਂ ਗਏ ਤੁਸੀਂ? ਥਾਣੇ ਅਸਲ ਮੈਂ ਦੂਜੇ ਘਰ ਗਿਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ